पंजाब दा सभ्याचार एक ऐसा सभ्याचार हो गया जो कदे दुनिया विच अपनी एक मिसाल पेश करता सी, पर अज दा समा ते नवी युवा पीढ़ी इस सभ्याचार नू मानो भुल रही है अते मॉडर्न हो रही है। अगर इस सभ्याचार दी गल करिए तां किते ना किते हुण वी पंजाबी सभ्याचार अपनी पछाण बनाई बैठा है। ਤਾਂ ਕਿ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਜਾ ਸਕੇ ਅਤੇ ਜ਼ਿੰਦਾ ਰੱਖਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਸਮਾਲਸਲ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸਦੇ ਭਤੀਜੇ ਸਿੰਘ ਜੋ ਕਿ ਪੇਸ਼ੇ ਤੋਂ ਅਧਿਆਪਕ ਵੀ ਨੇ, ਜਿਨ੍ਹਾਂ ਨੇ ਆਪਣੇ ਸੱਭਿਆਚਾਰ ਨੂੰ ਲੱਕੜੀ ਦੀਆਂ ਮੂਰਤੀਆਂ ਵਿੱਚ ਸੰਜੋਇਆ ਹੋਇਆ। ਜੀ ਹਾਂ, ਇਹ ਜੋ ਇੱਕ ਕਮਰੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮਨਜ਼ੂਰੀਆਂ ਜਾਂ ਤੁਸੀਂ ਮੰਨ ਲਓ ਤਸਵੀਰਾਂ ਦੇਖ ਰਹੇ ਹੋ, ਇਹਨਾਂ ਵਿੱਚ ਆਪ ਨੂੰ ਪੂਰੇ ਪੰਜਾਬ ਦਾ ਸੱਭਿਆਚਾਰ ਦਿਖਾਈ ਦੇਵੇਗਾ ਜੋ ਕਿ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਹੈ। ਕਿਵੇਂ ਵਿਆਹਾਂ ਸ਼ਾਦੀਆਂ ਵਿੱਚ ਅਖਾੜੇ ਲੱਗਦੇ ਹੁੰਦੇ ਸੀ, ਕਿਵੇਂ ਖੂਹਾਂ ਚੋਂ ਟੀਟੀਆਂ ਨਾਲ ਪਾਣੀ ਕੱਢਿਆ ਜਾਂਦਾ ਸੀ, ਕਿਵੇਂ ਔਰਤਾਂ ਚਰਖਾ ਚਲਾਉਂਦੀਆਂ ਸੀ ਅਤੇ ਕਿਵੇਂ ਘਰਾਂ ਵਿੱਚ ਪਸ਼ੂਆਂ ਲਈ ਚਾਰਾ ਕੁਤਰਿਆ ਜਾਂਦਾ ਸੀ ਅਤੇ ਘਰ ਦੇ ਵਿਹੜੇ ਵਿੱਚ ਕਿਵੇਂ ਚੁੱਲ੍ਹਾ ਚੌਂਕਾ ਕੀਤਾ ਜਾਂਦਾ ਸੀ। ਇਹ ਸਭ ਪੰਜਾਬੀ ਸੱਭਿਆਚਾਰ ਨੂੰ ਦਸਾਉਣ ਵਾਲੀਆਂ ਲੱਕੜੀਆਂ ਦੀਆਂ ਮੂਰਤੀਆਂ ਬਣਾਉਣ ਵਾਲੇ ਸਰਦਾਰ ਹਰਬੰਸ ਸਿੰਘ ਜੋ ਇਸ ਦੁਨੀਆਂ ਵਿੱਚ ਨਹੀਂ ਰਹੇ ਨੇ, ਪਰ ਉਹ ਇਹ ਜਾਂਦੇ ਜਾਂਦੇ ਗੁਣ ਆਪਣੇ ਭਾਈ ਪੁੱਤਰ ਨੂੰ ਦੇ ਗਏ ਜੋ ਅੱਜ ਸੱਭਿਆਚਾਰ ਨੂੰ ਬਰਕਰਾਰ ਰੱਖ ਰਹੇ ਨੇ ਅਤੇ ਇਸ ਨੂੰ ਹੋਰ ਅੱਗੇ ਵਧਾ ਰਹੇ ਨੇ। ਉਹਨਾਂ ਵੱਲੋਂ ਪੰਜਾਬੀ ਗਾਇਕ ਕੁਲਦੀਪ ਮਾਨ, ਗੁਰਦਾਸ ਮਾਨ ਵਰਗੇ ਫਨਕਾਰਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ। ਉੱਥੇ ਹੀ ਹੁਣ ਇਹਨਾਂ ਨੇ ਕਰੀਬ 3 ਮਹੀਨਿਆਂ ਵਿੱਚ 2 ਫੁੱਟ ਦੇ ਫੇਮਸ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੂਰਤੀ ਬਣਾਈ ਹੈ। ਇਹਨਾਂ ਦੀ ਇੱਛਾ ਹੈ ਕਿ ਇਹ ਮੂਰਤੀ ਸਿੱਧੂ ਮੂਸੇਵਾਲੇ ਵੱਲੋਂ ਬਣਾਈ ਜਾ ਰਹੀ ਹਵੇਲੀ ਵਿੱਚ ਲਗਾਉਣ ਦੀ ਇੱਛਾ ਹੈ ਅਤੇ ਜਿਵੇਂ ਸਰਦਾਰ ਹਰਬੰਸ ਸਿੰਘ ਇਹਨਾਂ ਮੂਰਤੀਆਂ ਦੇ ਮੇਲਿਆਂ ਵਿੱਚ ਪ੍ਰਦਰਸ਼ਨੀ ਕਰਕੇ ਅਲੱਗ ਅਲੱਗ ਪੰਜਾਬੀ ਸੱਭਿਆਚਾਰ ਨੂੰ ਬਰਕਰਾਰ ਰੱਖਣਾ ਹੈ, ਉੱਥੇ ਹੀ ਇਹ ਕੰਮ ਹੁਣ ਇਹ ਦੋਨੋਂ ਚਾਚਾ ਭਤੀਜਾ ਕਰ ਰਹੇ ਨੇ। ਅਸਲ 'ਚ ਜੀ ਇਹ ਕੰਮ ਸ਼ੁਰੂ ਕੀਤਾ ਸੀ ਮੇਰੇ ਫਾਦਰ ਸਾਹਿਬ ਨੇ, ਸ਼ੌਂਕ ਉਹਨਾਂ ਨੂੰ ਸੀਗਾ ਚਿਰ ਦਾ ਹੀ। 2010 ਦੇ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਹਾਰਟ ਦੀ ਸਮੱਸਿਆ ਆ ਗਈ, ਤਾਂ ਡਾਕਟਰ ਨੇ ਮਨਾ ਕਰਤਾ ਕਿ ਤੁਸੀਂ ਬਾਹਲਾ ਹਾਰਡ ਵਰਕ ਕਰਨਾ ਨਹੀਂ, ਤਾਂ ਫਿਰ ਉਹਨਾਂ ਦਾ ਕਾਰੀਗਰੀ ਨੂੰ ਲੈ ਕੇ ਸ਼ੌਕ ਸੀਗਾ। ਫਿਰ ਸ਼ੁਰੂਆਤ 'ਚ ਉਹਨਾਂ ਨੇ ਇੱਕ ਕਹੀ ਬਣਾਈ, ਉਹ ਬਹੁਤ ਵਧੀਆ ਬਣੀ, ਤਾਂ ਫਿਰ ਸਾਨੂੰ ਉਹਨਾਂ ਨੂੰ ਕਿਸੇ ਪਿੰਡ ਦੇ ਬੰਦੇ ਨੇ ਕਿਹਾ ਵੀ ਐਂ ਕਰਕੇ ਸੱਭਿਆਚਾਰ ਬਣਾਉਣ ਦੀ ਕੋਸ਼ਿਸ਼ ਕਰੋ। ਫਿਰ ਉਹਨਾਂ ਨੇ ਗੱਡਾ ਬਣਾਇਆ ਜੀ, ਉਹ ਗੱਡਾ ਹੂਬ ਹੂ ਬਿਲਕੁਲ ਉੱਦਾਂ ਹੀ ਬਣਿਆ ਵਾ ਜਿੱਦਾਂ ਓਰਿਜਨਲ ਹੁੰਦਾ ਆ। ਤਾਂ ਫਿਰ ਕੀ ਹੌਲੀ ਹੌਲੀ ਕੰਮ ਵੱਧ ਗਿਆ ਔਰ ਵੱਧਦਾ ਗਿਆ, ਅੱਜ ਤੁਸੀਂ ਦੇਖ ਹੀ ਰਹੇ ਹੋ ਇਹ ਸਾਰਾ ਰੌਣਕ ਮੇਲਾ ਬਣ ਗਿਆ ਜੀ। ਕੰਮ ਕੀ ਕਰਦੇ ਤੁਹਾਡੇ ਵਾਸਤੇ ਕਾਰਪੈਂਟਰ? ਮੇਰੇ ਫਾਦਰ ਸਾਹਿਬ ਜੀ ਕਾਰਪੈਂਟਰ ਦਾ ਵੀ ਕੰਮ ਕਰਦੇ ਸੀ, ਪੱਕੀ ਉਸਾਰੀ ਦਾ ਵੀ ਕੰਮ ਜਾਣਦੇ ਸੀ। ਤੁਹਾਨੂੰ ਕਿਵੇਂ ਇਹ ਗਿਆਨ ਮਿਲਿਆ ਜੀ? ਅਸਲ 'ਚ 2016 ਦੇ ਵਿੱਚ ਉਹ ਐਕਸਪਾਇਰ ਹੋ ਗਏ ਜੀ। ਉਦੋਂ ਬਾਅਦ ਮੇਰੇ ਚਾਚਾ ਜੀ ਨੂੰ ਸ਼ੌਕ ਸੀਗਾ, ਉਹਨਾਂ ਦਾ ਹੱਥ ਮੇਰੇ ਫਾਦਰ ਸਾਹਿਬ ਤੋਂ ਵੀ ਜ਼ਿਆਦਾ ਮੇਰੇ ਖਿਆਲ ਨਾਲ ਸਾਫ਼ ਹੈਗਾ। ਉਹਨਾਂ ਨੇ ਫਿਰ ਮੂਰਤੀਆਂ ਬਣਾਈਆਂ, 5-7 ਨਾਲ ਮੂਰਤੀਆਂ ਬਣਾਈਆਂ, ਬਹੁਤ ਸਾਫ਼ ਬਣੀਆਂ, ਸਾਨੂੰ ਹੌਸਲਾ ਮਿਲ ਗਿਆ ਅੱਗੇ ਵਧਣ ਦਾ। ਮੈਨੂੰ ਵੀ ਉਹਨਾਂ ਨੇ ਕਿਹਾ ਵੀ ਚੱਲ ਕਰਿਆ ਕਰ, ਮੈਂ ਕੋਸ਼ਿਸ਼ ਕੀਤੀ। ਉਹ ਪਹਿਲੀ ਮੂਰਤੀ ਮੈਂ ਲਗਭਗ 1 ਸਾਲ 'ਚ ਤਿਆਰ ਕੀਤੀ ਜੀ, ਉਹ ਸਰਦਾਰ ਹਰੀ ਸਿੰਘ ਨਲੂਏ ਦੀ ਸੀਗੀ ਜੀ। ਉਹ ਬਹੁਤ ਸਾਫ਼ ਬਣੀ, ਬਹੁਤ ਸੋਹਣੀ ਬਣੀ, ਉਹ ਤੋਂ ਕਾਫ਼ੀ ਹੱਲਾਸ਼ੇਰੀ ਮਿਲੀ। ਫਿਰ ਚਲੋ ਅਸੀਂ ਵੀ ਹੌਲੀ ਹੌਲੀ ਟਾਈਮ ਟੂ ਟਾਈਮ ਕੱਢ ਕੇ ਨਾਲ ਕੰਟਰੀਬਿਊਸ਼ਨ ਕਰੀਦਾ ਵੀ ਇਹ ਕੰਮ ਸਾਡਾ ਵੱਧਦਾ ਰਹੇ ਜੀ, ਮਰੇ ਨਾ ਜੀ। ਕਿੰਨਾ ਕੁ ਟਾਈਮ ਲੱਗ ਜਾਂਦਾ ਔਰ ਕਿਹੜੀ ਲੱਕੜ ਯੂਜ਼ ਕਰਦੇ? ਜ਼ਿਆਦਾਤਰ ਅਸੀਂ ਲੱਕੜ ਯੂਜ਼ ਕਰਦੇ ਹਾਂ ਜੀ ਟਾਹਲੀ ਦੀ ਅਤੇ ਬੇਰੀ। ਟਾਈਮ ਦੀ ਗੱਲ ਕਰੀਏ ਤਾਂ ਜੀ ਇੱਕ ਵਧੀਆ ਤਰੀਕੇ ਨਾਲ ਮੂਰਤੀ ਤਿਆਰ ਕਰਨੀ ਹੈ, ਲਗਾਤਾਰ ਕਰੀਏ ਤਾਂ ਸਾਨੂੰ ਫਿਰ ਵੀ ਮਹੀਨਾ ਤੋਂ ਲੈ ਕੇ 40 ਕੁ ਦਿਨ ਲੱਗ ਜਾਂਦੇ ਆ। ਪਰ ਅਸੀਂ ਆਪਦੇ ਕੰਮਾਂ ਕਾਰਾਂ 'ਚ ਵਿਅਸਤ ਹਾਂ ਜੀ, ਮੈਂ ਪੜ੍ਹਾਉਣਾ ਜੀ, ਮੇਰੇ ਚਾਚਾ ਜੀ ਲੱਕੜ ਦਾ ਕੰਮ ਕਰਦੇ ਆ, ਅਸੀਂ ਟਾਈਮ ਕੱਢ ਕੇ ਵਿੱਚੋਂ 2 ਘੰਟੇ ਲਾਈਦੇ ਆ, ਤਾਂ ਸਾਨੂੰ 3 ਕੁ ਮਹੀਨੇ ਲੱਗ ਹੀ ਜਾਂਦੇ ਆ ਮੂਰਤੀ ਤਿਆਰ ਕਰਨ। ਟੀਚਰ ਵੀ ਹੋ ਜੀ? ਮੈਂ ਟੀਚਰ ਵੀ ਹਾਂ ਜੀ। ਕਿਹੜੇ ਸਕੂਲ 'ਚ ਪੜ੍ਹਾਉਂਦੇ ਹੋ ਜੀ? ਮੈਂ ਇਸ ਤੋਂ ਪਹਿਲਾਂ ਜੀ ਸਾਡੀ ਯੂਨੀਕ ਸਕੂਲ ਆਫ ਸਟੱਡੀਜ਼ ਆ, ਮੈਂ ਉੱਥੇ ਪੜ੍ਹਾਇਆ। ਫਿਲਹਾਲ ਮੈਂ ਪ੍ਰਾਈਵੇਟ ਕਲਾਸਿਸ ਹੀ ਦਿੰਦਾ ਜੀ, ਘਰੇ ਕਲਾਸਿਸ, ਘਰੇ ਟਿਊਸ਼ਨ ਕਲਾਸਿਸ ਦੇ ਰਹੀ ਹਾਂ। ਟੀਚਰ ਦੇ ਨਾਲ ਨਾਲ ਇਹ ਹੁਨਰ ਲੈਣਾ, ਇੱਕ ਵਿਦਿਆ ਦੇ ਖੇਤਰ ਦੇ ਵਿੱਚ ਕਲਾਕ੍ਰਿਤੀ ਦੇ ਖੇਤਰ ਜਾਣਾ ਕਿੱਦਾਂ ਲੱਗਦਾ? ਦੇਖੋ ਜੀ, ਟੀਚਿੰਗ ਸਾਡਾ ਜਿਹੜਾ ਪੈਸ਼ਨ ਹੈਗਾ, ਤੁਹਾਨੂੰ ਬਹੁਤ ਵਧੀਆ ਲੱਗਦਾ ਪੜ੍ਹਾਉਣਾ ਬੱਚਿਆਂ 'ਚ ਰਹਿਣਾ। ਔਰ ਕਲਾਕਾਰੀ ਤਾਂ ਮੈਂ ਕਹਿ ਸਕਦਾ ਵੀ ਚਲੋ ਇਹ ਬਲੱਡ 'ਚ ਹੀ ਹੈ ਜੀ। ਮੇਰੇ ਫਾਦਰ ਸਾਹਿਬ ਨੇ ਸਾਨੂੰ ਉਦੋਂ ਕਾਫ਼ੀ ਕੋਸ਼ਿਸ਼ ਕੀਤੀ ਵੀ ਚਲੋ ਆਓ ਇਹ ਲਾਈਨ 'ਚ। ਉਦੋਂ ਅਸੀਂ ਖੈਰ ਉਹ ਵੈਲਿਊ ਨਹੀਂ ਪਾਈ ਜਿਹੜੀ ਪਾਉਣੀ ਚਾਹੀਦੀ ਸੀ, ਨਾਲ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਸੀ। ਪਰ ਬਾਅਦ 'ਚ ਜਦੋਂ ਸਾਨੂੰ ਲੱਗਿਆ ਕਿ ਇੱਥੋਂ ਤੱਕ ਮੇਲੇ ਅਸੀਂ ਲਾਏ, ਕਾਫ਼ੀ ਜਾਣ ਪਹਿਚਾਣ ਬਣ ਗਈ, ਪਰ ਸਾਨੂੰ ਲੱਗਿਆ ਵੀ ਹੁਣ ਕਿਤੇ ਗੱਲ ਮਰ ਨਾ ਜਾਵੇ ਅਤੇ ਉੱਠੀਏ ਨਾਲ ਦੀ ਨਾਲ ਕੁਛ ਬਣਾਈਏ। ਪੰਜਾਬੀ ਸੱਭਿਆਚਾਰ ਨੂੰ ਬੜਾ ਬਾਖੂਬੀ ਜਿਹੜਾ ਤੁਸੀਂ ਦਿਖਾਇਆ ਹੈ। ਹਾਂਜੀ,
नहीं सेल नहीं करती, असीं तां शौक नूं बना रहे हैं, क्योंकि सानूं ऐ वी सेल करती सानूं एक भी आर्टिकल दोबारा बनाना बहुत टाइम लग जाना है, तो असीं कोशिश करते हैं सभ्याचार तक कोई चीज़ ना दिती जाए। पर हुण जिवें साडी पिछे जे इंटरव्यू हुई है उहदे नाल काफ़ी दूर तक गल गई है, लोगों के काफ़ी रिक्वेस्ट आई है, कईयां दा मतलब बेनती आई है कि साडे फादर मदर की मूर्ति बना के दिओ, असीं कोशिश करते हैं कि लोगों चलो उन्हां दी फरमाइश ते बना देंगे, पर उहदे लई भी काफ़ी समा लगेगा, पर असीं बनी भी कोई चीज़ सभ्याचार नाल संबंधित तां कोई भी असीं सेल नहीं करांगे जी। जिस तरीके हम अज के जो आप माहौल की गल करिए, अब युवा पीढ़ी की गल करिए, युवा पीढ़ी जी है पंजाबी सभ्याचार को बिल्कुल भुलती जा रही है, जिते कि तुम सारा पंजाब जरा कमरे के संजोया और तरह तरह के कलाकार भी अभी देखे इतने जोड़े पे है, उन्होंने मूर्तियां बनाई हर चीज़ तुम जी बनाई हैगी है, ये फिर कि देखते कितों इन्हों बना कि माइंड चले आ। देखो जी वैसे गल करिए असी भी उस यूज़ ही आने जे कि ना कि भुलते जा रहे थे, पर गल यूँ भी साढ़े फादर साहब ने वो शुरुआत की, सानू हौसला मिल गया, तो सानू ये लाइन चाह के पता लगे कि लोग अज भी सभ्याचार बहुत प्यार करते, खास तौर पर वो लोग जोड़े विदेशों बैठे है वो रज के पसंद करते, गल सू काफ़ी मोटीवेट करती है, और इन गलों लैके असी ये लाइन च आ गए, हम सूँ वधिया लगता कि असी आप एटलीस्ट सभ्याचार जुड़े हुए हैं, खेती नाल जुड़े हुए हैं, और नवे नवे आइडिए सानू लोग ही देंदे है जी, कमेंट च पाउंदे आ वी आ चीज़ बनाओ तुसीं, आ चीज़ बनाओ, सानू नहीं भी पता उहदियां फोटोआं पाउंदे आ, फिर उहदे नाल सानू लगदा पता वी हाँ आ वी चीज़ कोई बनी हुई है, हुण वी असीं रेयरेस्ट चीज़ कोई मिलदी है सानू असीं बनाउण दी कोशिश करदे आ। अलग अलग पार्ट्स जोड़ के बनाने होए जां इक्को लकड़ी नूं तराश के? नहीं, इक्को लकड़ी तों किते वध तों वध इक अद्धा जोड़ आ सकदा, जिवें जी बाजू बनाउणा वो इक अद्धा जोड़ इत्थे हो सकदा, साड़ी फुल कोशिश होंदी है कि वो पूरी मूर्ति एक ही लकड़ चो कढ़ी जावे जी। दिखाओगे जरा तुसीं हाँ जी ये बिल्कुल ये असल जो पीस तैयार किया है मेरे चाचा जी का तैयार किया है, ये मैं तो मैं दसन की लड़ नहीं गई जी, पता ही लग जाना, पर एक फेमस सिंगर है जी सिद्धू मूसे वाला जी, सिद्धू मूसे वाला हाँ जी काफ़ी फेमस सिंगर है, ये लेटेस्ट तैयार किया जी, इन महीना हो गया बने, बाकी तीन क महीने लग गए बनाने से भी, सिंगल लकड़ का ही है पूरी सिंगल लकड़ का बेरी का बनया हुआ जी, ये इतने जोड़ है एक आ बाजू से जोड़ है एक इतने है बस, बाकी सारा एक ही लकड़ चो बनया हुआ जी। फैन तुम कह सकते हो, मैं तो घट सुनदा, मेरे चाचे जी शौक सीगा उन्होंने वधिया लगता है, खैर ता करके उन्होंने तैयार की है, नाले उन्होंने पता लगे भी इतने हवेली बना रहे हैं, तो सानू ओ भी जी चलो उन्होंने वधिया लगे पीस लै जाएंगे रख लैणगे, चलो एटलीस्ट सानू याद ही कर लिया करनगे, तो असं उन्होंने बनाई है। नौजवान पीढ़ी वालों की एक स्नेह है? एडा तो असं है नहीं जी, असं मतलब कोई मैसेज दे सकी, पर फिर भी असी गुजारिश है कि आपके सभ्याचार को प्यार करो जिन्ना कर सकते, जे कोई कोई चीज़ बना रहा है जे आप नहीं योगदान पा सकते तो मोटिवेट करो किसी ने, ये मेरे ख्याल एक वधिया लाइन है। बलवंत सिंह जी, बलवंत सिंह जी कलाकृति बनाने लकड़ से कलाकृति करते हो, मूर्तियाँ बनाने कदों तो शौक जागे और किवें बनाने? ये कोई तीन क साल तो बनाने जी, मैनू एक मूर्ति तो कोई तीन तो चार महीने लग जाते जी, एक बनाई है मैं पट्ठी दाने पौंदी जी, तो एक मैं मशीन पट्ठे कुतरते बनाए हुए जी, ठीक है, एक मूड़ी ना छोले कुटदी बनाई हुई है जी, तो शौक जागया हाँ जी किवें शौक जागया? ये साढ़े भाई साहब बनाते जी पहला, ठीक है, तो उन्होंने नाल मैं रेगमाल रेगमाल लाता रहा सीगा, कोई लकड़ लिया के देते इदा नाल लगा रहा जी, फिर वो सुरगवास हो गए जी, तो उस तो बाद मैनू लग्या भी मैनू इस काम च लगना चाहिए जी। कि खास मूर्ति है जी तुसीं बनाई है वधिया लगदी है तुहानूं बनाई है? ये सिद्धू मूसे वाले जी, ये सब तो मैनू बहुत वधिया लगी, बहुत मेहनत नाल बनाई है जी मैं। किन्ना टाइम लगा इहनूं बनाउण नूं? इहनूं 3.5 महीने लगे जी सर। ते किवें दिमाग च आया कि सिद्धू मूसे वाले दी स्टैचू बनाउणा? ये बच्चे सानूं बहुत कहिंदे रहे जी, बच्चों ने बहुत ज़्यादा कहा भी सिद्धू मूसे वाला बना के दो, भी मैं गुरदास मान साहब की मूर्ति बनाई थी जी,
वो कहिंदे सिद्धू मूसेवाला बना के दो, असीं उहनूं बहुत प्रेम करते हां जी। बच्चों की ख्वाहिश बनाई है। हाँ जी सर, ये काफ़ी कलाकृति की ये काफ़ी देखने को मिल रहा कि जिस तरह बंदूक बनाई गई है, रिवॉल्वर भी एक तुसी इन्हां दे डब्बे च पाई है। हाँ जी सर। हाँ जी, किवें बनाया सर, कितना टाइम लगा सर? मैनू पता लग गया सी वी उह हवेली बना रहा जी सर। असल मैं उहनूं देनी चाहुंदा जी इह मूर्ति, वी उहदी हवेली दे विच पई होवे चंगी लगे, इस करके मैं बहुत ज़्यादा मेहनत की है। ते गल होई कदे तुहाडी सिद्धू मूसेवाला? नहीं सर, कोई नहीं। वैसे ही फैन हो उहनां दे? हाँ जी हाँ जी, मैं तो उन्होंने चलो जिम्मे खेतीबाड़ी करता, मैं इस करते बड़ा फैन है जी उन्होंने, क्योंकि नहीं हर गायक अपना जो वधिया बन जाता, कोई बंबे भज जाता, कोई चंडीगढ़ चला जाता, ये अपनी खेती च रह रहा जी। बस जी, सब तो मैं जरूरी गल जी तो पूछनी चाहवागा वो ये हैगी है कि जिस तरीके नाल तुसी अपने कमरे नूं पूरे पंजाब दे सभ्याचार दे नाल जुड़िया होया। हाँ जी सर, चलां दी तुसी कलाकृति कीती। हाँ जी हाँ जी सर, जिस तरीके नाल हुण आया छोले जिहड़ा पंजाब दा युवा हैगा, हाँ जी, ओह सभ्याचार नूं भुलदा जांदा। हाँ जी बिल्कुल, भुलदा जा रहे। उहदे बारे तुसी की, इह तुहानूं किन्ना कि इह लाहेवंद रहूगा जी आपां इहनूं प्रदर्शनियां नूं दिखाउंदे आ? हाँ जी, बहुत लाहेवंद रहूगा जी। साडी कोशिश वी है कि स्कूलां दे विच लाउणियां, विरासत मेलियां विच ਸਾਨੂੰ ਕੋਈ ਜਿੱਥੇ ਬੁਲਾਉਂਦਾ ਅਸੀਂ ਜਾਂਦੇ ਪ੍ਰਦਰਸ਼ਨੀ ਲਾਉਣੇ ਜੀ। ਪ੍ਰਦਰਸ਼ਨੀ ਲਾਉਣੇ? ਹਾਂਜੀ ਸਰ। ਇਹ ਤੁਸੀਂ ਬਣਾ ਕੇ ਸਿਰਫ ਪ੍ਰਦਰਸ਼ਨੀ ਰੱਖਦੇ ਹੋ ਜਾਂ ਅਗਾਂਹ ਸੇਲ ਵੀ ਕਰਦੇ ਹੋ? ਨਹੀਂ, ਪ੍ਰਦਰਸ਼ਨੀ ਵਾਸਤੇ ਜੀ। ਸੇਲ ਨਹੀਂ ਕਰਦੇ? ਨਹੀਂ, ਸੇਲ ਨਹੀਂ ਕਰਦੇ ਜੀ। ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਸਿੱਧੂ ਮੂਸੇਵਾਲ ਦੀ ਜਿਹੜੀ ਹੈ ਤੁਸੀਂ ਮੂਰਤੀ ਸਟੈਚੂ ਬਣਾਇਆ ਹੈਗਾ, ਹਾਂਜੀ ਸਰ, ਇਹ ਕਿੰਨਾ ਟਾਈਮ ਲੱਗਿਆ ਔਰ ਕਿੰਨੀ ਕੁ ਕੋਸਟ ਪਈ ਹੋਊਗੀ ਤੁਹਾਨੂੰ ਇਹਨੂੰ ਬਣਾਉਣ ਲੱਗਿਆ? ਕਿੰਨਾ ਕੁ ਟਾਈਮ ਲੱਗਿਆ ਇਹਨੂੰ? ਕੋਈ 3.5 ਮਹੀਨੇ ਲੱਗੇ ਜੀ ਮੈਨੂੰ ਬਣਾਉਣ ਦੇ। 3.5 ਮਹੀਨੇ? ਹਾਂਜੀ ਹਾਂਜੀ। ਔਰ ਇਹ ਲੱਕੜ ਕਿਹੜੀ ਯੂਜ਼ ਹੁੰਦੀ ਹੈ ਜੀ ਫਿਰ? ਇਹਨੂੰ ਬੇਰੀ ਦੀ ਲੱਕੜ ਵਰਤੀ ਹੈ ਜੀ। ਬੇਰੀ ਦੀ ਲੱਕੜ? ਹਾਂਜੀ। ਠੀਕ ਹੈ, ਇਹ ਵਿਰਾਸਤ ਜ਼ਰੂਰ ਵੇਖਣ, ਇਸ ਧਿਆਨ ਨਾਲ ਦੇਣ,